ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਗੁਰਸਿਮਰਨ ਕੈਂਪਸ ਟੀਵੀ ਦੇ ਵਿੱਚ ਤੁਹਾਡਾ ਸਵਾਗਤ ਕਰਦਾ। ਔਰ ਕੈਂਪਸ ਟੀਵੀ ਦੇ ਵਿੱਚ ਅੱਜ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹਾਂ ਕਰਨ ਰੰਧਾਵਾ ਜੀ ਨੂੰ, ਜੋ ਕਿ ਸੋਈ ਪਾਰਟੀ ਦੇ ਕੈਂਪਸ ਪ੍ਰੈਜ਼ੀਡੈਂਟ ਨੇ। ਸਵਾਗਤ ਕਰਦੇ ਹਾਂ ਕਰਨ ਰੰਧਾਵਾ ਜੀ ਦਾ। ਧੰਨਵਾਦ ਜੀ ਤੁਹਾਡਾ। ਤੁਸੀਂ ਕੈਂਪਸ ਪ੍ਰੈਜ਼ੀਡੈਂਟ ਚੁਣੇ ਗਏ ਹੋ, ਔਰ ਆਮ ਆਦਮੀ ਤੋਂ ਲੈ ਕੇ ਆਮ ਸਟੂਡੈਂਟ ਤੋਂ ਲੈ ਕੇ ਤੁਹਾਡਾ ਕੈਂਪਸ ਪ੍ਰੈਜ਼ੀਡੈਂਟ ਬਣਨ ਤੱਕ ਦਾ ਸਫ਼ਰ ਕਿਵੇਂ ਦਾ ਰਿਹਾ? ਹਾਲੇ ਵੀ ਮੈਂ ਆਮ ਆਦਮੀ ਹੀ ਹਾਂ। ਸਭ ਤੋਂ ਪਹਿਲਾਂ ਤਾਂ ਆਪਣੇ ਮੈਂ ਸਟੂਡੈਂਟ ਆਪਣੇ ਲੀਡਰਸ ਦਾ, ਸੀਨੀਅਰ ਲੀਡਰਸ ਦਾ ਧੰਨਵਾਦ ਕਰਦਾ। ਤਾਂ ਮੋਰ ਸਭ ਤੋਂ ਵੱਧ ਮੈਂ ਧੰਨਵਾਦੀ ਹਾਂ ਸਟੂਡੈਂਟਸ ਦਾ, ਜਿਨ੍ਹਾਂ ਦੀ ਬਦੌਲਤ ਇਹ ਮੈਨੂੰ ਜ਼ਿੰਮੇਵਾਰੀ ਮੇਰੀ ਪਾਰਟੀ ਨੇ ਮੇਰੇ 'ਤੇ ਲਾਈ ਹੈ। ਔਰ ਤੁਸੀਂ ਜਦੋਂ ਹੁਣ ਤੁਹਾਡੀ ਪਾਰਟੀ ਪਿਛਲੇ ਸਾਲ ਕੌਂਸਲ ਦੇ ਵਿੱਚ ਰਹੀ, ਔਰ ਉਹਨੇ ਕਿਹੜੇ ਕਿਹੜੇ ਖਾਸ ਕੰਮ ਕੀਤੇ ਜੋ ਤੁਹਾਡੇ ਤੁਸੀਂ ਸਾਡੇ ਨਾਲ ਸਾਂਝੇ ਕਰਨੇ ਚਾਹੋਗੇ? 26 ਤਰੀਕ ਨੂੰ ਇਲੈਕਸ਼ਨ ਹੋਏ ਸੀ, 26 ਅਗਸਤ ਨੂੰ। ਇਲੈਕਸ਼ਨ ਤੋਂ ਵਿਦ ਇਨ ਇੱਕ ਵੀਕ ਦੇ ਬਾਅਦ ਹੀ ਯੂਨੀਵਰਸਿਟੀ ਦੇ ਵਿੱਚ ਜਿਹੜਾ ਸਭ ਤੋਂ ਪਹਿਲਾਂ ਅਸੀਂ ਕੰਮ ਕਰਵਾਇਆ ਉਹ ਸਾਡਾ ਸੀ ਕਿ ਅਸੀਂ ਜਿੰਨੇ ਵੀ ਬੋਇਜ਼ ਹੋਸਟਲ ਅਤੇ ਜਿੰਨੇ ਵੀ ਗਰਲਜ਼ ਹੋਸਟਲ ਦੇ ਕਾਮਨ ਰੂਮ ਸੀ, ਉਹਨਾਂ ਨੂੰ ਏਸੀ ਕਰਨ ਦਾ ਪ੍ਰਪੋਜ਼ਲ ਜਿਹੜਾ ਡੀਨ ਸਰ ਦੇ ਅੱਗੇ ਰੱਖਿਆ ਸੀ, ਤਾਂ ਉਹ ਵਿਦ ਇਨ ਵੀਕ ਦੇ ਵਿੱਚ ਇਹ ਕੰਮ ਹੋ ਗਿਆ ਸੀ। ਦੂਜੀ ਸਾਡੀ ਮੇਜਰ ਅਚੀਵਮੈਂਟ ਇਹ ਸੀ, ਜਿੰਨੇ ਵੀ ਬੋਇਜ਼ ਹੋਸਟਲ ਦੇ ਜਿੰਨੇ ਵੀ ਗਰਲਜ਼ ਹੋਸਟਲ ਦੇ ਤੁਸੀਂ ਦੇਖਦੇ ਹੋ ਰੂਫ ਦੇ ਉੱਤੇ ਸੋਲਰ ਪੈਨਲ ਲੱਗੇ ਹੋਏ ਨੇ, ਕਿਉਂਕਿ ਸਰਦੀਆਂ ਦੇ ਵਿੱਚ ਅਕਸਰ ਹੀ ਸਾਨੂੰ ਬਹੁਤ ਦਿੱਕਤ ਆਉਂਦੀ ਸੀ ਗਰਮ ਪਾਣੀ ਦੇ ਰਿਲੇਟਡ, ਸੋ ਉਹ ਅਸੀਂ ਦੂਰ ਕੀਤੀ। ਤੀਜੀ ਸਾਡੀ ਮੇਜਰ ਅਚੀਵਮੈਂਟ, ਜਿਹੜੀ ਹਰ ਕੋਈ ਗਰਲਸ ਜਿਹੜੀ ਆ ਉਹ ਜਿੰਮ ਲਾਉਣ ਦੇ ਚਾਹਵਾਨ ਹੁੰਦੇ ਆ, ਪਰ ਉਹਨਾਂ ਦੀ ਮੇਨ ਪ੍ਰੋਬਲਮ ਕੀ ਹੁੰਦੀ ਹੈ, ਕਿਸੇ ਵੇਲੇ ਘਰ ਦੇ ਉਹਨਾਂ ਦੇ ਅਲਾਓ ਨਹੀਂ ਕਰਦੇ ਕਿ ਯੂਨੀਵਰਸਿਟੀ ਤੋਂ ਬਾਅਦ ਜਾ ਕੇ ਤੁਸੀਂ ਕੋਈ ਕੰਮ ਨਹੀਂ ਕਰਨਾ। ਸੋ ਵਿਦ ਇਨ ਯੂਨੀਵਰਸਿਟੀ ਪ੍ਰੀਮਿਸਿਸ 7 ਨੰਬਰ ਹੋਸਟਲ ਦੇ ਕੋਲ ਹਾਈਟੈਕ ਜਿੰਮ ਬਣ ਰਿਹਾ, ਜੋ ਕਿ ਸਟੇਟ ਗਵਰਨਮੈਂਟ ਵੱਲੋਂ ਫੰਡਿਡ ਹੈ। 2.5 ਕਰੋੜ ਉਹਦੀ ਜਿਹੜੀ ਕੋਸਟ ਹੈ। ਔਰ ਤੁਸੀਂ ਦੱਸਿਆ ਕਿ ਬਹੁਤ ਸਾਰੇ ਕੰਮ ਜੋ ਤੁਸੀਂ ਪਿਛਲੇ ਸਾਲ ਕੀਤੇ, ਔਰ ਕਈ ਇਹੋ ਜਿਹੇ ਕੰਮ ਵੀ ਹੋਣਗੇ ਜੋ ਤੁਹਾਨੂੰ ਲੱਗਦਾ ਜਾਂ ਕੁਛ ਗਲਤੀਆਂ ਹੋਣਗੀਆਂ ਜੋ ਕੌਂਸਲ ਦੇ ਵਿੱਚ ਰਹਿੰਦੇ ਹੋਏ ਪਾਰਟੀ ਦੇ ਵੱਲੋਂ ਹੋਈਆਂ, ਜਾਂ ਜਿਨ੍ਹਾਂ ਦਾ ਤੁਸੀਂ ਸੁਧਾਰ ਇਸ ਵਾਰ ਕੌਂਸਲ 'ਚ ਆ ਕੇ ਕਰਨਾ ਚਾਹੋਗੇ? ਠੀਕ ਹੈ, ਅਸੀਂ ਇੱਕ ਡਰਾਈਵ ਸ਼ੁਰੂ ਕੀਤੀ ਹੈ ਮਾਈ ਮੈਨੀਫੈਸਟੋ, ਉਹ ਅਸੀਂ ਸਟੂਡੈਂਟਸ ਤੱਕ ਅਪਰੋਚ ਕਰ ਰਹੇ ਹਾਂ, ਉਹਨਾਂ ਨੂੰ ਪੁੱਛ ਰਹੇ ਹਾਂ ਕਿ ਤੁਸੀਂ ਲਾਸਟ ਈਅਰ ਦੇ ਵਰਕ ਤੋਂ ਸਾਡੇ ਤੋਂ ਸੈਟਿਸਫਾਈਡ ਹੋ ਕੇ ਨਹੀਂ। ਔਰ ਸਟੂਡੈਂਟਸ ਦੇ ਕੀ ਰਿਵਿਊ ਆ ਰਹੇ ਉਹਦੇ? ਮੋਸਟ ਸਾਰੇ ਵਿਊਜ਼ ਸਾਡੇ ਬਿਲਕੁਲ ਪੋਜ਼ਿਟਿਵ ਆ ਰਹੇ ਨੇ, ਆਊਟ ਆਫ 10 9 ਸੈਟਿਸਫਾਈਡ ਵਿਦ ਆਵਰ ਵਰਕ। ਠੀਕ ਹੈ ਜੀ। ਔਰ ਤਾਂ ਉਹਨਾਂ ਨੂੰ ਅਸੀਂ ਇਹ ਵੀ ਪੁੱਛ ਰਹੇ ਹਾਂ ਕਿ ਕੀ ਕਮੀਆਂ ਸਾਡੀ ਕੌਂਸਲ ਦੇ ਵਿੱਚ ਰਹਿ ਗਈਆਂ ਜਿਨ੍ਹਾਂ ਨੂੰ ਅਸੀਂ ਇਸ ਸਾਲ ਪੂਰੀਆਂ ਕਰ ਸਕੀਏ। ਔਰ ਫੀ ਹਾਈਕ ਦਾ ਮੁੱਦਾ ਪਿਛਲੇ ਸਾਲ ਬਹੁਤ ਚਰਚਾ ਦੇ ਵਿੱਚ ਰਿਹਾ, ਬਹੁਤ ਸਾਰੀਆਂ ਪਾਰਟੀਆਂ ਨੇ ਉਹਦੇ ਰਿਗਾਰਡਿੰਗ ਸਟ੍ਰਾਈਕ ਵੀ ਕਰ ਰੱਖਿਆ, ਤੁਹਾਡੀ ਪਾਰਟੀ ਨੇ ਉਸ ਮੁੱਦੇ ਨੂੰ ਕਿਵੇਂ ਲਿਆ ਜਾਂ ਉਹਦੇ ਰਿਗਾਰਡਿੰਗ ਕੀ ਤੁਸੀਂ ਕਾਰਗੁਜ਼ਾਰੀ ਕੀਤੀ? ਫੀਸ ਹਾਈਕ 'ਤੇ ਸਾਡੀ ਪਾਰਟੀ ਸ਼ੁਰੂ ਤੋਂ ਹੀ ਅਪੋਜ਼ ਕਰਦੀ ਆ ਰਹੀ ਹੈ, ਈਵਨ ਜਦੋਂ ਅਸੀਂ ਕੌਂਸਲ ਦੇ ਵਿੱਚ ਵੀ ਸਾਡੇ 'ਤੇ ਹੁਣ ਵੀ ਐਲੀਗੇਸ਼ਨ ਲੱਗ ਰਿਹਾ ਕਿ SOI ਪਾਰਟੀ ਨੇ ਫੀਸ ਹਾਈਕ ਨੂੰ ਪ੍ਰਮੋਟ ਕੀਤਾ। ਸੋ ਮੈਂ ਪਲੀਜ਼ ਤੁਹਾਡੇ ਕੈਂਪਸ ਟੀ ਵੀ ਦੇ ਥਰੂ ਇਹ ਗੱਲ ਸਟੂਡੈਂਟਸ ਨੂੰ ਕਹਿਣੀ ਚਾਹਾਂਗਾ, ਜਦੋਂ ਤੁਹਾਡੇ ਤੱਕ ਕੋਈ ਵੀ ਪਾਰਟੀ ਅਪਰੋਚ ਕਰਦੀ ਹੈ ਜਾਂ ਤੁਹਾਨੂੰ ਫੀਸ ਹਾਈਕ ਦੇ ਉੱਤੇ ਕੋਈ ਵੀ ਗੱਲ ਛੇੜਦੀ ਹੈ, ਉਹਨਾਂ ਨੂੰ ਇਹ ਗੱਲ ਕਰਿਓ ਕਿ ਤੁਸੀਂ SOI ਪਾਰਟੀ ਦੇ ਕਿਸੇ ਵੀ ਲੀਡਰ ਦਾ ਜਾਂ ਕਿਸੇ ਦੀ ਵੀ ਸਟੇਟਮੈਂਟ ਇਹ ਦੱਸ ਦਿਓ, ਇੱਕ ਪਰੂਫ ਦਿਖਾ ਦਿਓ ਜਿੱਥੇ ਦੱਸਿਆ ਵੀ ਅਸੀਂ ਪ੍ਰਮੋਟ ਕਰ ਰਹੇ ਹਾਂ ਫੀਸ ਹਾਈਕ ਨੂੰ। ਮੈਂ ਤੁਹਾਨੂੰ ਦਾਅਵੇ ਨਾਲ ਕਹਿ ਸਕਦਾ ਉਹ ਤੁਹਾਨੂੰ ਪ੍ਰੋਡਿਊਸ ਨਹੀਂ ਕਰ ਸਕਣਗੇ, ਜੇ ਕਰ ਦੇਣ ਮੈਂ SOI ਦਾ ਕੈਂਪਸ ਪ੍ਰੈਜ਼ੀਡੈਂਟ ਹੋਣ ਦੇ ਨਾਤੇ ਗੱਲ ਕਹੂੰਗਾ, ਅਸੀਂ ਇਸ ਸਾਲ ਦਾ ਇਲੈਕਸ਼ਨ ਹੀ ਨਹੀਂ ਕੰਟੈਸਟ ਕਰਦੇ। ਤੁਸੀਂ ਬਹੁਤ ਵੱਡੀ ਗੱਲ ਕਰਤੀ। ਔਰ ਅਸੀਂ ਇੱਕ ਹੋਰ ਗੱਲ ਪੁੱਛਣੀ ਚਾਹਾਂਗੇ ਕਿ 4-wheeler ਬੈਨ ਦੇ ਵਿੱਚ ਤੁਸੀਂ ਉਹਦੇ ਲਈ ਕੀ ਕੰਮ ਕੀਤਾ, ਜਾਂ ਜਿਹੜੀਆਂ ਵੋਟਿੰਗ ਹੋਈਆਂ ਸੀ ਉਹਨੂੰ ਤੁਸੀਂ ਕਿੰਨੇ ਉੱਚੇ ਪੱਧਰ ਤੱਕ ਲੈ ਕੇ ਗਏ? ਐਜ਼ ਆ ਮੈਂ ਆਪਣਾ ਜੇ ਪਰਸਨਲ ਵਿਊ ਦੱਸਾਂ ਤਾਂ ਮੈਂ ਆਪਣੇ 4-wheeler ਦੇ ਬੈਨ ਦੇ ਹੱਕ ਵਿੱਚ ਨਹੀਂ ਹਾਂ, ਕਿਉਂਕਿ ਮੇਰੇ ਕੋਲ ਵੀ ਕੋਈ ਗੱਡੀ ਨਹੀਂ ਹੈਗੀ। ਮੈਂ ਫਿਰ ਵੀ ਇਸ ਚੀਜ਼ ਇਹ ਸਟੇਟਮੈਂਟ ਦੇ ਰਿਹਾ ਤੁਹਾਨੂੰ, ਕਿਉਂਕਿ ਸਾਡੇ ਪੇਰੈਂਟਸ ਨੇ ਸਾਨੂੰ ਕੰਫਰਟ ਦੇਣ ਲਈ ਸਾਨੂੰ ਗੱਡੀਆਂ ਦਿੱਤੀਆਂ ਜਾਂ 4-wheeler ਦਿੱਤੇ। ਜੇ ਆਪਾਂ ਉਸ ਚੀਜ਼ ਨੂੰ ਅਪੋਜ਼ ਕਰਦੇ ਤਾਂ ਬੜੀ ਨਿੰਦਣਯੋਗ ਗੱਲ ਹੈ। ਇਹ ਅਸੀਂ ਕਰ ਸਕਦੇ ਕਿ ਆਪਣੀ ਯੂਨੀਵਰਸਿਟੀ ਦਾ ਸਿਕਿਉਰਿਟੀ ਸਿਸਟਮ ਨੂੰ ਇੰਨਾ ਜ਼ਿਆਦਾ ਇੰਪਰੂਵ ਕਰ ਦਈਏ ਕਿ ਇੱਕ ਨੋਟ ਅ ਸਿੰਗਲ ਆਊਟਸਾਈਡਰ ਉਹ ਇਸ ਯੂਨੀਵਰਸਿਟੀ ਐਂਟਰ ਨਾ ਹੋਵੇ, ਤਾਂ ਜਿਹੜਾ ਯੂਨੀਵਰਸਿਟੀ ਦਾ ਮਾਹੌਲ ਉਹ ਬਿਲਕੁਲ ਠੀਕ ਰਹੂਗਾ। ਔਰ ਕਈ ਪਾਰਟੀਆਂ ਵੱਲੋਂ ਇਹਦੇ ਰਿਗਾਰਡਿੰਗ ਇਲਜ਼ਾਮ ਵੀ ਲਗਾਇਆ ਜਾਂਦਾ ਕਿ ਸੋਈ ਦੇ ਸਟਿੱਕਰ ਲਾ ਕੇ ਸਭ ਤੋਂ ਜ਼ਿਆਦਾ ਗੱਡੀਆਂ ਜਿਹੜੀਆਂ ਉਹ ਘੁੰਮਦੀਆਂ ਰਹਿੰਦੀਆਂ ਨੇ, ਤਾਂ ਇਹਦੇ ਬਾਰੇ ਕੀ ਕਹੋਗੇ? ਮੈਨੂੰ ਬਹੁਤ ਮਾਣ ਹੁੰਦਾ ਜਦੋਂ ਦੂਜੀਆਂ ਪਾਰਟੀਆਂ ਇਹ ਸਾਡੇ 'ਤੇ ਜੋ ਸਾਡੀ ਪ੍ਰੇਜ਼ ਕਰਦੇ ਆ ਸਟੂਡੈਂਟ ਦੇ ਸਾਹਮਣੇ, ਕਿਉਂਕਿ ਸੋਈ ਦੇ ਵਿੱਚ ਤੁਸੀਂ ਲਾਸਟ ਈਅਰ ਦੇਖਿਆ ਅਸੀਂ ਇੱਕ ਹਿਸਟੋਰਿਕ ਵਿਨ ਰਿਕਾਰਡ ਮਾਰਜਨ ਆ 1500 ਵੋਟ ਨਾਲ ਜਿੱਤੇ ਹਾਂ। ਸੋ ਜਿੰਨੇ ਜ਼ਿਆਦਾ ਸਟੂਡੈਂਟ ਹੋਣਗੇ ਉਨੀਆਂ ਗੱਡੀਆਂ ਵੱਧ, ਉਨੇ ਸਟਿੱਕਰ ਵੱਧ ਦਿਖਣਗੇ ਤੁਹਾਨੂੰ। ਔਰ ਇਹ ਕਿਤੇ ਨਾ ਕਿਤੇ ਯੂਨੀਵਰਸਿਟੀ ਦੇ ਵਿੱਚ ਇਨਡਿਸਿਪਲਿਨ ਵੀ ਕ੍ਰੀਏਟ ਹੋਏਗਾ ਨਾ ਇਹਨਾਂ ਚੀਜ਼ਾਂ ਨਾਲ? ਨਹੀਂ ਜੀ, ਤੁਸੀਂ ਮੈਨੂੰ ਇੱਕ ਵੀ ਗੱਲ ਦੱਸ ਦਿਓ, ਕਿਸੇ SOI ਦੇ ਜਿਹਦੇ ਸਟਿੱਕਰ ਲੱਗਾ ਹੋਵੇ, ਕਿਸੇ ਨੇ ਕੋਈ ਹਰਕਤ ਕੀਤੀ ਹੋਵੇ, ਤਾਂ ਅਸੀਂ ਉਸ 'ਤੇ ਤੁਰੰਤ ਐਕਸ਼ਨ ਲਵਾਂਗੇ। ਮੇਰੇ ਅਕੋਰਡਿੰਗ ਇਹ ਕੋਈ ਅੱਜ ਤੱਕ ਕਿਸੇ ਕੋਈ ਵੀ ਕੰਪਲੇਂਟ ਮੇਰੇ ਤੱਕ ਨਹੀਂ ਕੋਈ ਪਹੁੰਚੀ, ਨਾ ਕਿਸੇ ਸਾਡੇ ਸੀਨੀਅਰ ਲੀਡਰ ਤੱਕ ਪਹੁੰਚੀ।
और हुण जिहड़ियां इलैक्शनज आ रही हैं उहदे रिगार्डिंग तुसीं किहड़े मुद्दे लैके स्टूडेंट्स नाल गलबात कर रहे हो जां किहड़ियां चीज़ां नूं लैके तुसीं लड़ रहे हो? असीं अपने साडा जिहड़ा इस साल दा जिहड़ा असीं इलैक्शन कॉन्टेस्ट कर रहे हैं मेन एजेंडा ही साडे असीं अपने काम गिणा रहे हैं स्टूडेंट्स तक ये कह रहे हैं कि जे साडे तों वध किसे भी पिछले पांच सालां दी काउंसल ने जे साडे तों वध कदे काम कीता तां बेशक वोट तुसीं उहनां नूं पा दिओ। असीं काम दे बेस ते इलैक्शन जिहड़ा अगला जिहड़ा आ रहा इलैक्शन जिहड़ा काम दे मुद्दे ते असीं लड़ रहे हैं। दूजी गल आ हर एक स्टूडेंट तक अप्रोच करके उहनां नूं पुछ रहे हैं कि तुसीं की नवा यूनिवर्सिटी चाहुंदे हो, असीं उस चीज़ नूं अगे तुहाडा क्योंकि हर एक वोट दा हर एक डायरैक्टली इनवायरमेंट होनी चाहिए हर एक वोटर दी कि उन्होंने अकॉर्डिंग ही सारा मैनीफेस्टो तैयार हो। और लास्ट दे विच स्टूडेंट नूं कोई मैसेज देना चाहूँ तुसीं? बिल्कुल, मैं स्टूडेंट्स नूं एक अपील करनी चाहवांगा कि तुसीं हर एक पार्टी का हर एक लीडर का रिपोर्ट कार्ड देखियो कि उन्होंने थोड़े लिए की किया तो थोड़े लिए की करना चाहते हैं। जे थोड़ा रिपोर्ट तुहानूं लगता है कि ये पार्टी मेरे लिए वधिया हो सकती है जां साडे हकां लिए लड़ सकती है तो उन्हें तुसीं वोट करो, पर एक बेनती है वोट कर जरूर आयो, ये साडा डेमोक्रेटिक राइट आ, ये सानू कास्ट करना चाहिए। तो तुहाडे फ्यूचर के लिए तुहानूं शुभकामनावां जी, बहुत बहुत शुक्रिया तुसीं कैंपस टीवी दे विच आए। सो दोस्तों, ये सन करण रंधावा जी, मोर अपडेट्स के लिए देखते रहो कैंपस टीवी, यू मिस नथिंग।